ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਵਿੱਚ ਇਤਿਹਾਸਕ ਇਕੱਠ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ। ਵੱਡੇ ਬਾਦਲ ਵੱਲੋਂ ਵੀ ਰੈਲੀ ਦੀ ਕਾਮਯਾਬੀ ਲਈ ਕਾਫੀ ਹੰਬਲੇ ਮਾਰੇ ਜਾ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਰੈਲੀ ਵਿੱਚ ਲੋਕਾਂ ਦਾ ਇਕੱਠ ਤਾਂ ਹੋ ਸਕਦਾ, ਪਰ ਅਕਾਲੀ ਦਲ ਦੇ ਕਈ ਸੀਨੀਅਰ ਨੇਤਾ ਇਸ ਰੈਲੀ ਵਿੱਚ ਨਜ਼ਰ ਨਹੀਂ ਆਉਣਗੇ। ਜੀ ਹਾਂ, ਮਾਝੇ ਤੋਂ 3 ਸੀਨੀਅਰ ਤੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਪਟਿਆਲਾ ਰੈਲੀ ਵਿੱਚ ਜਾਣ ਤੋਂ ਕਿਨਾਰਾ ਕਰ ਲਿਆ। ਸੁਖਬੀਰ ਬਾਦਲ ਰੈਲੀ ਵਿੱਚ ਹੋਣ ਵਾਲੀ ਇਸ ਵੱਡੀ ਕਮੀ ਨੂੰ ਪੂਰਾ ਕਰਨ ਲਈ ਕਾਫੀ ਹੱਥ ਪੈਰ ਮਾਰ ਰਹੇ ਨੇ, ਪਰ ਉਹਨਾਂ ਦੇ ਹੱਥ ਪੱਲੇ ਕੁਝ ਪੈਂਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਇਸ ਰੈਲੀ ਵਿੱਚ ਨਜ਼ਰ ਨਹੀਂ ਆਉਣਗੇ, ਜੋ ਅਸਤੀਫਾ ਦੇਣ ਮਗਰੋਂ ਰੂਪੋਸ਼ ਹੋ ਗਏ ਨੇ। ਭਾਵੇਂ ਕਿ ਅਕਾਲੀ ਨੇਤਾਵਾਂ ਵੱਲੋਂ ਢੀਂਡਸਾ ਨੂੰ ਲੱਭਣ ਲਈ ਉਹਨਾਂ ਦੇ ਹਰ ਟਿਕਾਣੇ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਇਸ ਸੀਨੀਅਰ ਨੇਤਾ ਦਾ ਕਿਤੇ ਕੋਈ ਅਤਾ ਪਤਾ ਨਹੀਂ ਮਿਲ ਰਿਹਾ। ਹਾਲ ਹੀ ਵਿੱਚ ਸੁਖਬੀਰ ਬਾਦਲ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਘਰ ਵੀ ਜਾ ਕੇ ਆਏ ਹਨ। ਢੀਂਡਸਾ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਸੁਖਬੀਰ ਆਪਣੇ ਬਿਆਨਾਂ ਵਿੱਚ ਕਦੇ ਢੀਂਡਸਾ ਨੂੰ ਚਾਚਾ ਕਹਿ ਕੇ ਸੰਬੋਧਨ ਕਰ ਰਹੇ ਨੇ ਤੇ ਕਦੇ ਉਹਨਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣਾ ਕਜ਼ਨ ਦੱਸ ਰਹੇ ਨੇ, ਪਰ ਸੁਖਬੀਰ ਦਾ ਇਹ ਸਿਆਸੀ ਪੱਤਾ ਕਿਸੇ ਕੰਮ ਆਉਂਦਾ ਨਜ਼ਰ ਨਹੀਂ ਆ ਰਿਹਾ। ਮੰਨਿਆ ਇਹ ਜਾ ਰਿਹਾ ਕਿ ਹੁਣ ਪਟਿਆਲਾ ਰੈਲੀ ਮਗਰੋਂ ਹੀ ਢੀਂਡਸਾ ਰੂਪੋਸ਼ੀ ਚੋਂ ਬਾਹਰ ਆਉਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਬਾਦਲ ਪਿਓ ਪੁੱਤਰ ਇਹ ਮੰਨਣ ਲਈ ਤਿਆਰ ਨਹੀਂ ਕਿ ਪਾਰਟੀ ਵਿੱਚ ਕੁਝ ਗਲਤ ਚੱਲ ਰਿਹਾ। ਪਿਛਲੇ ਦਿਨੀ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਢੀਂਡਸਾ ਬਾਰੇ ਪੁੱਛਿਆ ਗਿਆ ਸੀ ਤਾਂ ਉਹਨਾਂ ਆਖਿਆ ਕਿ ਢੀਂਡਸਾ ਸਾਹਿਬ ਨਾਰਾਜ਼ ਨਹੀਂ, ਬਜ਼ੁਰਗ ਹੋ ਗਏ ਹਨ। ਇਸ ਗੱਲ ਦਾ ਖੁਦ ਢੀਂਡਸਾ ਨੇ ਆਪਣੇ ਅਸਤੀਫੇ ਵਿੱਚ ਜ਼ਿਕਰ ਕੀਤਾ, ਜਦਕਿ ਇਹ ਸਭ ਨੂੰ ਪਤਾ ਹੈ ਕਿ ਢੀਂਡਸਾ ਸਾਹਿਬ ਵੱਡੇ ਬਾਦਲ ਸਾਹਿਬ ਤੋਂ ਜ਼ਿਆਦਾ ਵੱਡੇ ਨਹੀਂ। ਦੋਵਾਂ ਦੀ ਉਮਰ 'ਚ ਕਰੀਬ 11 ਕੁ ਸਾਲ ਦਾ ਫਰਕ ਹੈ। ਰਾਜ ਸਭਾ ਵਿੱਚ ਵੀ 41 MPs ਦੀ ਉਮਰ ਢੀਂਡਸਾ ਤੋਂ ਵੱਡੀ ਹੈ, ਜਦਕਿ 19 ਮੈਂਬਰ ਢੀਂਡਸਾ ਦੇ ਹਾਣ ਦੇ ਹਨ। ਬਾਦਲ ਸਾਹਿਬ ਪਾਰਟੀ ਵਿੱਚ ਛਿੜੇ ਸਿਆਸੀ ਭੂਚਾਲ ਨੂੰ ਲੈ ਕੇ ਭਾਵੇਂ ਕਿੰਨੇ ਮਰਜ਼ੀ ਪੋਚੇ ਮਾਰੀ ਜਾਣ, ਪਰ ਸੱਚਾਈ ਇਹ ਹੈ ਕਿ ਢੀਂਡਸਾ ਦੇ ਅਸਤੀਫੇ ਨੇ ਬਾਦਲ ਪਰਿਵਾਰ ਨੂੰ ਵਾਣੀ ਪਾ ਦਿੱਤਾ। ਪਾਰਟੀ ਵਿੱਚ ਛਿੜੇ ਭੂਚਾਲ ਤੋਂ ਬਾਅਦ ਸੁਖਬੀਰ ਬਾਦਲ ਦੀ ਪੁਰਾਣੇ ਅਕਾਲੀਆਂ ਪ੍ਰਤੀ ਬੋਲਬਾਣੀ ਵਿੱਚ ਵੀ ਕਾਫੀ ਬਦਲਾਅ ਆ ਗਿਆ। ਜਿਹੜੇ ਆਗੂਆਂ ਨੂੰ ਉਹ ਕਦੇ ਨਾਮ ਦੇ ਨਾਲ ਸਾਹਬ ਲਗਾ ਕੇ ਬੁਲਾਉਂਦੇ ਸਨ, ਹੁਣ ਉਹਨਾਂ ਵਿੱਚੋਂ ਕਈ ਆਪਣੇ ਰਿਸ਼ਤੇਦਾਰ ਨਜ਼ਰ ਆਉਣ ਲੱਗੇ ਨੇ ਅਤੇ ਕਈਆਂ ਨੂੰ ਚਾਚੇ ਤਾਏ ਆਖ ਕੇ ਸੰਬੋਧਨ ਕਰਨ ਲੱਗੇ ਨੇ। ਭਾਵੇਂ ਕਿ ਸੁਖਬੀਰ ਬਾਦਲ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਰੈਲੀ ਵਿੱਚ ਲੋਕਾਂ ਦਾ ਵੱਡਾ ਇਕੱਠ ਕਰਨ ਵਿੱਚ ਕਾਮਯਾਬ ਹੋ ਸਕਦੇ ਨੇ, ਪਰ ਅਕਾਲੀ ਦਲ ਦੀ ਤਸਵੀਰ ਰੈਲੀ ਵਿੱਚ ਸ਼ਾਮਲ ਹੋਏ ਸੀਨੀਅਰ ਟਕਸਾਲੀ ਆਗੂਆਂ ਦੀ ਗਿਣਤੀ ਤੋਂ ਸਾਫ਼ ਹੋ ਜਾਵੇਗੀ, ਜਿਸ ਨੇ ਫਿਲਹਾਲ ਬਾਦਲਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ, ਪਰ 5:30 ਬੈਂਡ ਹੈ। 5:30 ਬੈਂਡ ਥੋੜੇ ਹੁੰਦੇ, ਚੱਲ ਚੱਲ 5:30 ਬੈਂਡ ਨਾਲ ਛੱਡੀ ਦੀ, ਚੱਲ ਚਲੋ ਆਸਟ੍ਰੇਲੀਆ। ਜਾਣਾ ਤਾਂ ਮੈਲਬੋਰਨ ਹੈ, ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ, 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ, ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ, ਚੱਲ ਬੈਠ ਜਾ ਕੇ। ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ, ਪਰ 52% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ, ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ ਹੈ? ਉਹ ਕਾਲੇ ਤੋਂ ਪਹਿਲਾਂ ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ, SCO 73-74-75, ਸੈਕਟਰ 17D, ਚੰਡੀਗੜ੍ਹ। ਕੰਟੈਕਟ 0181-5044-999।